ਕਰਨਾ ਕਿਨਾਲ ਕਰ ਕੇ ਮੈਂ ਆ ਗਿਆ ਜੀ ਇਹਨਾਂ ਨੂੰ ਬੈਕ ਸਾਈਡ ਤੇ ਕਿਨਾਲ ਹਕੜਾ ਕਿਨਾਲ ਗੁਜ਼ਰ ਗਈ ਹੈ ਉਹ ਮੇਰੇ ਸਾਹਮਣੇ ਬਿਲਕੁਲ ਆ ਰਿਹਾ ਜੀ ਪਿੰਡ 104 ਅਲਫ ਚਾਰ ਨੂੰ ਕਿਹਾ ਜਾਂਦਾ ਇਹ ਹਕੜਾ ਦਾ ਵਾ ਜਿਹੜਾ ਅੱਗੇ 204 ਨਾਈਨ ਆਰ ਗੁਜ਼ਰ ਕੇ ਆਇਆ ਉਹ ਹੈਗਾ ਸੀ ਨਾਈਨ ਆਰ ਦਾ ਅਤੇ ਹਕੜਾ ਕਿਨਾਲ ਦਾ ਅਮਰੂਦਾਂ ਦਾ ਬਾਗ ਲੱਗਾ ਹੋਇਆ ਜੀ ਕਾਕੂਮੇਦਾਰ ਸੀ ਮਾਸ਼ਾਅੱਲਾ ਜੀ ਇਹ 280 ਕਿ ਪੱਗ ਵਗੈਰਾ ਮੇਰੀ ਸੁਣੀ ਲੱਗ ਰਹੀ ਹੈ ਕਿ ਉਹਨੂੰ ਕਿ ਗਰਮੀ ਦੀ ਬੱਚਤ ਬੰਨੀ ਹੋਈ ਹੈ ਜੀ ਬੜੀ ਬੁੜੀ ਗੋਈਆਂ ਦੀ ਦੇਖ ਸਕਦੇ ਜੀ ਆਪਣੇ ਕੰਨ ਵਗੈਰਾ ਉਹ ਸਿਰ ਵਗੈਰਾ ਟੱਪਿਆ ਹੋਇਆ ਗਰਮੀ ਨਾ ਲੱਗੇ ਚਾਰ ਹਕੜਾ ਦਾ ਜੀ ਐਂਟਰੀ ਹੋ ਚੁੱਕੀ ਹੈ ਇਹ ਜ਼ਿਆਦਾ ਪਿੰਡ ਵੱਡਾ ਨਹੀਂ ਹੈ ਬਸ ਤਕਰੀਬਨ ਮੇਰੇ ਪਿੰਡ ਦੇ ਬਰਾਬਰ ਸ਼ਹਿਰ ਤੋਂ ਕਾਫੀ ਦੂਰ ਹੈ ਜੀ ਸੀਵਰੇਜ ਦਾ ਨਿਜ਼ਾਮ ਸਿਰਫ ਇੱਥੇ ਖਾਲੀਆਂ ਵਗੈਰਾ ਬਸ ਔਰ ਵਾਟਰ ਸਪਲਾਈ ਦਾ ਪਾਣੀ ਹੈ ਔਰ ਬਿਜਲੀ ਹੈ ਪਿੰਡ ਤਕਰੀਬਨ ਖਤਮ ਹੋ ਗਿਆ ਜੀ ਟਿੱਬੀ ਆ ਗਈ ਜੀ ਰੇਡੀ ਵਾਲੇ ਕੋਈ ਬਜ਼ੁਰਗ ਆ ਰਹੇ ਨੇ ਆਪਣੇ ਜਾਨਵਰਾਂ ਦੇ ਨਾਲ ਚਾਰਾ ਲੈ ਕੇ ਸਿੱਖ ਰਹੇ ਨੇ ਕਾਫੀ ਸਹੀ ਉਮਰ ਹੈ ਆ ਗਿਆ ਜੀ ਅੱਗੇ ਸੇਮ ਨਾਲਾ ਜੀ ਕਾਫੀ ਗੁਰਦੁਆਰੇ ਸਾਹਿਬ ਜੀ ਉਹਨਾਂ ਨਾਲ ਗਾਸ ਵਗੈਰਾ ਚੱਲ ਰਹੇ ਸ਼ਹਿਰ ਦੇ ਬਾਗ ਲਾਇਆ ਔਰ ਟੋਲ ਵਗੈਰਾ ਇਹਨਾਂ ਨੂੰ ਪਾਣੀ ਦਿੰਦੇ ਨੇ ਔਰ ਪੈਰ ਮੇਰੇ ਜਲ ਰਹੇ ਨੇ ਸੜ ਰਹੇ ਨੇ ਇੰਨੀ ਤੇਜ਼ ਔਰ ਗਰਮ ਹਵਾ ਚੱਲ ਰਹੀ ਹੈ ਆ ਜੀ ਆਹ ਵੀ ਦੇਖ ਸਕਦੇ ਹੋ ਜੀ ਇਹ ਵੀ ਅੱਲਾਹ ਦੀ ਤਰਫੋਂ ਇੱਕ ਇਜ਼ਾਬ ਹੀ ਹੁੰਦਾ ਵਾ ਜੀ ਆਹ ਦੇਖੋ ਜ਼ਮੀਨ ਬੜੀ ਬੋਰ ਸਮੈਲ ਮਾਰ ਰਹੀ ਆ ਇਹ ਜ਼ਮੀਨ ਦੀ ਨਿਚਲੀ ਸਤ੍ਹਾ 'ਚੋਂ ਪਾਣੀ ਉੱਪਰ ਆਇਆ ਹੋਇਆ ਸਰ ਇਸ ਨੂੰ ਸੇਮ ਕਹਿੰਦੇ ਨੇ ਅਤੇ ਇਸ ਜਗ੍ਹਾ 'ਤੇ ਜੇ ਜਗ੍ਹਾ 'ਤੇ ਪਾਣੀ ਆ ਜਾਵੇ ਜ਼ਮੀਨ ਔਰ ਉਹਦੇ ਉੱਪਰਲੀ ਸਤ੍ਹਾ 'ਤੇ ਨੀਚਿਓਂ ਉਹਨੂੰ ਸੇਮ ਕਹਿੰਦੇ ਨੇ ਔਰ ਸੇਮ ਵਾਲੇ ਇਲਾਕੇ ਦੇ ਵਿੱਚ ਫਸਲ ਕਾਸ਼ਤ ਨਹੀਂ ਹੁੰਦੀ ਔਰ ਕਾਫੀ ਉੱਚਾ ਰਕਬਾ ਕਰਕੇ ਉਹਦੇ ਭਰਤੀ ਪਾ ਕੇ ਉਹਨਾਂ ਨੇ ਫਸਲ ਬੀਜੀ ਹੋਈ ਦੋਸਤਾਂ ਨੇ ਕਿਸੇ ਬਾਈਆਂ ਨੇ ਔਰ ਇਹ ਪਾਣੀ ਦੇਖੋ ਜੀ ਬਿਲਕੁਲ ਬਿਲੀ ਹੋਇਆ ਪਿਆ ਔਰ ਇੰਤਹਾਈ ਗੰਦੀ ਸਮੈਲ ਮਾਰਦਾ ਪਿਆ ਦੁਆ ਕਰੋ ਅੱਲਾਹ ਤਾਲਾ ਹਰ ਇੱਕ ਨੂੰ ਆਪਣੀ ਰਹਿਮਤ 'ਚ ਔਰ ਆਪਣੇ ਰਿਜ਼ਕ ਦੇ ਵਿੱਚੋਂ ਰਿਜ਼ਕ ਅਤਾ ਕਰੇ ਕਿਉਂਕਿ ਕਿਹਾ ਅੱਲਾਹ ਹੀ ਤਾਲਾ ਰਿਜ਼ਕ ਦੇਣ ਵਾਲਾ ਅੱਲਾਹ ਹੀ ਤਾਲਾ ਰਿਜ਼ਕ ਲੈਣ ਵਾਲਾ ਅਸੀਂ ਬੜੇ ਖੁਸ਼ਹਾਲ ਲੋਕ ਹਾਂ ਫਿਰ ਵੀ ਅੱਲਾਹ ਦੇ ਨਾ ਸ਼ੁਕਰੇ ਹਾਂ ਆ ਦੇਖ ਸਕਦੇ ਹੋ ਜੀ ਬਹੁਤ ਕਾਫੀ ਤਾਦਾਦ ਦੇ ਵਿੱਚ ਰੱਖਦੇ ਨੇ ਅਤੇ ਜਿਹੜੇ ਗੈਰ ਆਬਾਦ ਹੋ ਗਏ ਨੇ ਜਿਹਨਾਂ ਦੀ ਕਾਸ਼ਤ ਨਹੀਂ ਹੋ ਰਹੀ ਉਹ ਲੋਕ ਇੱਥੇ ਮਜਬੂਰ ਨੇ ਬਹੁਤ ਆਪਣੀ ਯਾਨੀ ਕਿ ਗਰੀਬੀ ਦੀ ਰੇਖਾ ਦੀ ਲੀਰ ਦੇ ਨੀਚੇ ਚਲੇ ਗਏ ਨੇ ਔਰ ਕਿਸੇ ਦੇ ਕੋਲੋਂ ਮੰਗਣਾ ਵੀ ਪਸੰਦ ਨਹੀਂ ਕਰਦੇ ਕਿਉਂਕਿ ਜ਼ਿਮੀਂਦਾਰ ਜਿਹੜਾ ਕਿਸ ਕੋਲ ਨਹੀਂ ਮੰਗਦਾ ਹੁੰਦਾ ਔਰ ਉਹ ਆਪਣੀ ਤੁਸੀਂ ਸਮਝਦਾ ਔਰ ਸਾਡੇ ਵਰਗੇ ਦੋਸਤ ਇਹਨਾਂ ਨੂੰ ਹੈਲਪ ਵੀ ਨਹੀਂ ਕਰਦੇ ਔਰ ਸਰਕਾਰ ਨੂੰ ਚਾਹੀਦਾ ਵਾ ਇਸ ਕੰਮ ਦੇ ਵਿੱਚ ਤਵੱਜੋ ਦੇਵੇ ਜਿਹੜੀ ਵੀ ਸਰਕਾਰ ਆਵੇ ਜਿਸ ਵੀ ਹਕੂਮਤ ਪਾਰਟੀ ਦੀ ਹਕੂਮਤਾਂ ਆਵਣ ਔਰ ਸਾਡੇ ਅਦਾਰੇ ਵੀ ਇਹਨੂੰ ਸਪੋਰਟ ਕਰਨ ਇਸ ਜਗ੍ਹਾ 'ਤੇ ਕੋਈ ਐਸੀ ਟੈਕਨੋਲੋਜੀ ਜ਼ਰੀਏ ਔਰ ਕੋਈ ਐਸੇ ਖਾਦਾ ਉਹ ਸਪਰੇ ਔਰ ਕੈਮੀਕਲ ਦੇ ਜ਼ਰੀਏ ਇਸ ਰਕਬੇ ਨੂੰ ਕਾਸ਼ ਮਾਉਣਾ ਚਾਹੀਦਾ ਆ ਦੇਖੋ ਇਹ ਜਗ੍ਹਾ 'ਤੇ ਉੱਚੀ ਭਰਤੀ ਪਾ ਕੇ ਪਾਣੀ ਉਸ ਨੀਵੀਂ ਜਗ੍ਹਾ 'ਤੇ ਉਤਾਰ ਦਿੱਤਾ ਗਿਆ ਇਹਨਾਂ ਨੇ ਇਹ ਜਗ੍ਹਾ 'ਤੇ ਹੁਣ ਫਸਲ ਚਾਰਾ ਕਾਸ਼ ਕੀਤਾ ਜਿਹੜਾ ਖਤਮ ਹੋ ਚੁੱਕਿਆ ਆ ਦੇਖੋ ਇਹ ਜਗ੍ਹਾ 'ਤੇ ਨਹਿਰੀ ਪਾਣੀ ਸਟੋਰ ਕਰ ਲੈਂਦੇ ਨੇ ਔਰ ਉੱਪਰਲੇ ਨੀ ਖੇਤਾਂ ਦੇ ਵਿੱਚ ਉਹਨਾਂ ਨੂੰ ਸੈਰਾਬ ਕਰਦੇ ਨੇ ਫਸਲਾਂ ਨੂੰ ਇਹ ਜਗ੍ਹਾ 'ਤੇ ਕੋਈ ਬੀਜਿਆ ਹੋਇਆ ਵਾ ਜੀ ਫਸਲ ਬੀਜੀ ਹੋਈ ਹੈ ਜਿਹਦੇ ਵਿੱਚ ਮੇਰੇ ਖਿਆਲ 'ਚ ਝੋਨਾ ਵੀ ਚਾਹਿਆ ਪਾਣੀ ਖੜੋਤਾ ਔਰ ਸਮੈਲ ਦੇ ਰਿਹਾ ਬਹੁਤ ਜ਼ਿਆਦਾ ਜਿਹਨਾਂ ਲੋਕਾਂ ਨੂੰ ਅੱਲਾਹ ਤਾਲਾ ਨੇ ਜ਼ਿਆਦਾ ਦਿੱਤਾ ਵਾ ਉਹ ਆਪਣੀ ਮੁਰ ਵਿੱਚ ਰਹਿ ਜਾਂਦੇ ਨੇ ਜਿਹਨਾਂ ਨੂੰ ਕੰਮ ਦਿੱਤਾ ਨਾ ਉਹ ਅੱਲਾਹ ਤਾਲਾ ਦੇ ਅੱਗੇ ਦੁਆਵਾਂ ਕਰਦੇ ਰਹਿੰਦੇ ਨੇ ਸਾਨੂੰ ਚਾਹੀਦਾ ਆਪਣੇ ਉਸ਼ਰ ਜ਼ਕਾਤ ਦੇ ਵਿੱਚੋਂ ਵੀ ਔਰ ਆਪਣੇ ਹਸਿਆਬੇ ਹਸੀਅਤ ਦੇ ਮੁਤਾਬਕ ਅਸੀਂ ਇਹਨਾਂ ਲੋਕਾਂ ਨੂੰ ਸਪੋਰਟ ਕਰੀਏ ਜਿਹੜੇ ਗਰੀਬ ਨੇ ਮਜ਼ਦੂਰੀਦਾਰ ਨੇ ਜਿੰਨੀ ਮਹਿੰਗਾਈ ਹੋ ਚੁੱਕੀ ਆ ਉਹ ਬਹੁਤ ਜ਼ਿਆਦਾ ਮਕਦਾਰ ਦੇ ਵਿੱਚ ਆ ਆਹ ਦੇਖੋ ਇਹ ਆਹ ਮਛਲੀ ਤਲਾਬ ਬਣਾਇਆ ਹੋਇਆ ਇਹਦੇ ਵਿੱਚ ਪਾਣੀ ਸਟਾਕ ਕਰਦੇ ਨੇ ਨਹਿਰੀ ਔਰ ਬਾਅਦ 'ਚ ਫਸਲਾਂ ਨੂੰ ਦਿੰਦੇ ਨੇ ਇਹ ਜਗ੍ਹਾ 'ਤੇ ਨਹਿਰੀ ਪਾਣੀ ਵੀ ਲਾਉਂਦੇ ਨੇ ਬਹੁਤ ਕਮ ਮਕਦਾਰ ਦੇ ਵਿੱਚ ਜਿਹਦੀ ਵਜ੍ਹਾ ਇਸ ਤੋਂ ਆਹ ਇੱਕ ਡੇਰਾ ਵਾ ਜਾਨਵਰ ਵਗੈਰਾ
ਸੜਕਾਂ ਤੇ ਵੀ ਤੇ ਗੁਜ਼ਰਨਾ ਮੁਸ਼ਕਲ ਹੋ ਰਿਹਾ। ਸੜਕ ਬਿਲਕੁਲ ਛੁੱਟੀ ਜੀ, ਆਹੋ ਬੜੀ ਆ ਗਈ ਜੀ। ਆ ਜਾਨਵਰ ਮਛਲਾ ਸਾਈਡ 'ਚ ਬੈਠੇ ਹੋਏ, ਡੇਰਾ ਬੜਾ ਪੀ ਖੂਬਸੂਰਤ, ਪਰ ਫਸਲਾਂ ਇੱਥੇ ਨਾ ਹੋਣ ਦੇ ਬਰਾਬਰ ਹੈ ਜੀ। ਸਿਰਫ ਜਾਨਵਰਾਂ ਚਾਰਾ ਜਾਨਵਰ ਰੱਖੇ ਹੋਏ ਆ, ਉਹਨਾਂ ਦੇ ਚਾਰਾ ਕਾਸ਼ਤ ਕਰਦੇ ਨੇ। ਦੂਜੇ ਦੇ 2006 ਖੇਤ ਨੇ, ਉਹ ਸਾਰੇ ਪਿੰਡ ਵਾਲੇ ਕਾਫੀ ਲੋਕ ਮਿਲ ਕੇ ਉਹਨਾਂ ਨੇ ਚਾਰਾ ਕਾਸ਼ਤ ਕਰਕੇ ਔਰ ਆਪਣੇ ਜਾਨਵਰਾਂ ਵਾਲੇ ਚਾਰਾ ਇਹ ਤਿਆਰ ਕਰਦੇ ਨੇ ਔਰ ਇਸਤੇਮਾਲ 'ਚ ਲਿਆਉਂਦੇ ਨੇ। ਅਤੇ ਉਸ ਕਾਫੀ ਦੂਰ ਤੱਕ ਜਿਸ ਤਰ੍ਹਾਂ ਸਮੁੰਦਰ ਦਾ ਤਲਾਅ ਹੈ, ਇਸ ਤਰ੍ਹਾਂ ਹੀ ਪਾਣੀ ਔਰ ਪਾਣੀ ਨਜ਼ਰ ਆਏਗਾ। ਆ ਜੀ ਆ ਦੇਖੋ ਪਾਣੀ ਦਾ ਬਿਲਕੁਲ ਕਲਰ ਚੇਂਜ ਆ, ਬਿਲਕੁਲ ਕਾਲਾ ਸਿਆ ਔਰ ਬਦਬੂਦਾਰ ਮਾਰਦਾ। ਆਹ ਸਾਰਾ ਗਾਸ ਉੱਗਿਆ ਹੋਇਆ ਵਾ, ਯਾਨੀ ਕਿ ਗੰਦ ਵਗੈਰਾ ਉੱਗ ਦੀ ਯਾਨੀ ਕਿ ਉੱਗ ਪਿਆ ਆਪਣੀ ਜਗ੍ਹਾ 'ਤੇ। ਇਹ ਜਗ੍ਹਾ 'ਤੇ ਫਸਲ ਕਾਸ਼ਤ ਸਾਲੋਂ ਸਾਲ ਨਹੀਂ ਹੋ ਸਕਦੀ।